पहले मेरे लाला। सिमर इधर। ठीक है जी। अरे भाई ने जड़ी खिंच के मारती ना फिर मेन गया। हाँ जी सत श्री अकाल जी सारे नु की हाल चाल ठीक ठाक किवें बच्चे किवें बाल न्यू व्लॉग कमिंग हम बूट पा लिए मैं क्या बड़े दिनों बाद बड़े चेहरों बाद व्लॉग शुरू कर रहे हैं पाजी खुशी दे अंशु ने अंशु कंट्रोल कंट्रोल जो फ्री टाइम मिले देखा करो व्यूज भी देखो पहला किन्ने आ रहे मेरे व्लॉग नब्बे सोलह सोलह व्यूज नब्बे गजब बेइज्जती है नंगे पैरी जाना की करनी शोशे बाई वैसे नु पता लग ही गया होना कवर फोटो देख के भी व्लॉग किस चीज ते बन रहा है ते फुल सपोर्ट करनी सारे ने बस चीजी चूजी ला के फिर सोने पाजी जो चीज आप जेडी चीज बनानी है ना जेडी चीज तुसी चैनल चैलेंज है ना फिर महीना सुता बैठा करना चाहने करा गे अपने अपने हिसाब नी अपने मरा बच्चा डिग गया आज आज ना तेरा ब्रदर वो बनाने रहा व्लॉग बना रहा व्लॉग मैं कहता तबाही ठाल देगा तबाही जिमे कि तुम सारे नु पता कि आप देखो तेरी को नीचे नहीं देखता पाया हाँ जिमे कि मैं तुम सारे नु पता कि आप जो व्लॉग व्लूग बनाना है पर एक चीज ये हैगी है व्लॉग तो चलो व्यूज आने नहीं आने वो रब से डिपेंड करता है ना रब से डिपेंड करता है लोकां नहीं कहने साडे फैमिली आ फैमिली लोक की हुंदे ने लोक फिर ओ हो गए ना जेड़े पीपल पीपल इज फैमिली या ओ ते थानू पता पर थोड़ी रिस्पेक्ट दे दी हुंदी है भाजी लोक चलदा पए की करदे कट मैं कहया बेसमेंट च रहना ते आपा सौदा पत्ता लेता आ आहो इन्ने मैं कहया साडी इनकम नहीं इकट्ठी होनी जिन्ना सौदा ले लिया इन्ने व्यूज नहीं आउणे चल आ जाणगे कोई चक्कर नहीं देख लांगे की हिसाब बनदा है हाँ जी मेरे वीर हम आप पढ़ लिया परना पग उतारते से मैं परना बन लिए फ्री माइंड होके नीचे जावे बेसमेंट ओहो हो ये तो पहला कहना चाहिए थे ना तो व्लॉग स्टार्ट सी ते हुन टाइम कि ना एक भी हो गए ते दोपहर दे एक भी बारह घंटे हो गए बस चार्जिंग चूर्जिंग खत्म हो गई और साड़ी कोई वो देखो है नहीं ਇਹ ਤੇ ਦੇਖੋ ਨੈਚੁਰਲੀ ਚੀਜ਼ਾਂ ਹੁੰਦੀਆਂ ਸਾਰੀਆਂ ਪਿਕਨਿਕ ਬਣਾਉਣ ਜਾ ਰਹੇ ਹਾਂ ਬੇ ਅੱਖ ਦੇਖੀ ਜੁੜੀ ਨੇ ਓ ਅੱਖ ਦੇਖੀ ਜੋ ਅੱਖ ਤੇ ਪਹਿਲੇ ਮੇਰੇ ਲਾਲ ਸੋ ਮਿੱਤਰੋ ਵੀ ਅਰਾਈਵ ਦੇ ਉੱਪਰ ਤੁਰ ਪਿਆ ਤੇ ਬੇਸ ਨੂੰ ਚੱਲਿਆ ਚਾਰਜਿੰਗ ਤੇ ਰਹਿਣਾ ਜੇ ਕੋਈ ਇਹ ਪੂੰਛੜੀ ਕੈਸੀ ਹੈ ਪੂੰਛੜੀ ਬੜੀ ਮੁਸ਼ਕਿਲ ਹੋਈ ਦੀ ਆਪਣੀ ਗੱਡੀ ਖੜੀ ਹੈ ਮੇਰੇ ਕੋਲ
ਤੁਹਾਨੂੰ ਮੈਂ ਬੇਸਮੈਂਟ ਦਿਖਾਉਣਾ ਆ। ਇਹ ਸਾਡਾ ਬਿਊਟੀਫੁਲ ਬੇਸਮੈਂਟ ਹੈਗਾ, ਬਿਊਟੀਫੁਲ। ਓਏ ਲਾਈਟ, ਆਟੋਮੈਟਿਕ ਲਾਈਟ ਚੱਲ ਗਈ। ਇਹ ਕਿੱਥੇ ਲੈ ਕੇ ਜਾ ਰਹੇ? ਇਹ ਕਿੱਥੇ ਲੈ ਕੇ ਜਾ ਰਹੇ? ਹਾਂ ਇਹ ਗੱਡੀ ਉੱਪਰ ਰੱਖੋ ਨਾ। ਸਕਿਉਰਿਟੀ ਵਾਲਾ ਆ ਗਿਆ ਨਾ, ਸਕਿਉਰਿਟੀ ਨੇ ਕਹਿਣਾ ਇੰਸਪੈਕਸ਼ਨ ਕਰੀ ਜਾਂਦੇ ਪਏ। ਇੰਸਪੈਕਸ਼ਨ ਹੁੰਦਾ ਜੋ ਵੀ ਹੁੰਦਾ, ਇੰਸਪੈਕਸ਼ਨ ਹੁੰਦਾ, ਇੰਸਪੈਕਸ਼ਨ ਕਰੀ ਜਾਂਦੇ ਪਏ ਨੇ। ਉਹਨਾਂ ਨੂੰ ਕੀ ਪਤਾ ਆਪਾਂ ਚਵਲੇ ਜਿਹੇ ਹੈਗੇ ਨੇ, ਉਹੀ ਆ ਜਾਂ ਵਲੋਗ ਕਰਨ ਵਾਸਤੇ। ਐਡਾ ਹਨੇਰਾ, ਉਹ ਚੁੱਪ ਹੋ ਗਏ ਆ, ਮੁੜ ਜੀਏ ਮੈਂ ਕਹਿੰਦਾ। ਤੁਹਾਨੂੰ ਵੀਰੇ ਮੈਂ ਆਪਾਂ ਪੂਰੀ ਗੱਡੀਆਂ ਦਿਖਾਈਆਂ ਆ ਤੁਹਾਨੂੰ। ਅੱਛਾ, ਬੜੀ ਡਿਫਰੈਂਟ ਗੱਡੀਆਂ ਲੱਗੀਆਂ ਹੈ ਨਾ। ਬਹੁਤ ਡਿਫਰੈਂਟ ਗੱਡੀਆਂ ਹੈਗੀਆਂ, ਤੁਸੀਂ ਗੱਡੀਆਂ ਚੈੱਕ ਕਰ ਸਕਦੇ ਹੋ ਜਿਹੜੀ ਤੁਸੀਂ ਨਹੀਂ ਦੇਖੀ ਹੋਣੀ ਜ਼ਿੰਦਗੀ 'ਚ। ਉਹ ਵਾਲੀ ਗੱਡੀਆਂ ਵੀ ਹੈਗੀਆਂ ਆ, ਥੋੜ੍ਹਾ ਬਹੁਤ ਹੁੰਦਾ ਆ। ਕਈ ਵਾਰੀ ਇੱਥੇ ਕਹਿੰਦੇ ਕਿ ਵੀ ਨੀਚੇ ਕੋਈ ਮਨਭਾਗੀ ਘਟਨਾ ਹੋਈ, ਨੀਚੇ ਕੱਟੀਆਂ ਹੋਈਆਂ ਇੱਥੇ ਬੇਸਮੈਂਟ 'ਚ। ਅੱਛਾ, ਹਾਂ ਮਨਭਾਗੀ ਘਟਨਾ ਘਟੀਆਂ ਹੋਈਆਂ। ਚੌਵੀ ਘੰਟੇ ਮਤਲਬ ਅੱਗੇ ਪਿੱਛੇ ਦੇਖਣਾ ਪੈਂਦਾ ਹੈ 24 ਘੰਟੇ। ਜਿੱਦਾਂ ਆਪਾਂ ਬੇਸਮੈਂਟ ਕੱਟਣ ਨੂੰ ਕਿਹਾ ਨਾ, ਤੇ ਇਹ ਆਪਾਂ ਕਲਿੱਪ ਨਹੀਂ ਕੋਈ ਕੱਟ ਸਕਦੇ, ਇਹ ਚੱਲਦੀ ਰਹੂਗੀ ਇੱਦਾਂ ਹੀ। ਹਾਂ ਫਿਰ ਪਤਾ ਲੱਗਿਆ ਨਾ, ਫਿਰ ਪਤਾ ਲੱਗੂਗਾ ਕੀ ਹੁੰਦਾ ਪਿਆਰ ਨਹੀਂ। ਜਦੋਂ ਕਿਸੇ ਗੱਭਰੂ ਦੇ ਦਿਲ ਆ ਗਿਆ, ਫਿਰ ਪਤਾ ਲੱਗੂਗਾ ਕੀ ਹੁੰਦਾ ਪਿਆਰ। ਹੈਂ ਕਰਨਾ ਕੀ ਹੈ ਹੁਣ, ਬੇਸਮੈਂਟ ਹੈਗਾ ਆ, ਘੁੰਮ ਕੇ ਜਾਊਂਗੀ। ਉਹ ਤੇ ਭਰੀ ਆ ਜੇਬੀ ਹੋਈ ਯਾਰ, ਤੇ ਉਧਰ ਕੀ ਡਰ ਗਈ ਬਹਿਣ, ਡਰ ਗਈ ਬਹਿਣ, ਡਰ ਭਾਈ। ਮੈਂ ਤੁਹਾਡੇ ਕਰਕੇ ਆ ਗਿਆ, ਇਹ ਤੁਹਾਡੇ ਬਲੌਗ ਕਰਕੇ। ਅਗਰ ਕੁਛ ਹੁਆ You will be the responsible. ਤੇ ਭਰਾਵਾ ਜੇ ਮੈਨੂੰ ਹੋ ਗਿਆ ਨਾਲ, ਤੇ ਹੋਰ ਕੋਈ ਰਿਸਪੋਂਸੀਬਲ ਹੋਊਗਾ? ਬਸ ਜਣਾ ਦੇ ਨਾ ਜੀ, I'm not responsible. ਐਗਜ਼ਿਟ ਹੈ, ਕਿਧਰ ਐਗਜ਼ਿਟ? ਹੱਥ ਵੀ ਕੋਈ ਦੁਖਣ ਲੱਗ ਗਿਆ ਯਾਰ ਇੱਥੇ। ਗੱਡੀ ਚਾਬੀ ਵੀ ਨਹੀਂ ਹੈਗੀ, ਨਹੀਂ ਤੇ ਗੱਡੀ ਕੀ ਹੈ? ਹੈਂ ਚਾਬੀ ਲੈ ਕੇ ਆਇਆ ਉਹ ਤੇਰੀ? ਲੱਗੀ ਮੇਰੀ ਗੱਡੀ ਦੂਸਰੀ, ਕੀ ਕਰੀਏ? ਮਾਣ ਹੀ ਨਹੀਂ ਕੀਤਾ ਕਰੀ, ਗੱਡੀਆਂ ਬਹੁਤ ਹੈਗੀਆਂ, ਕੀ ਕਰਨੀ ਸੋਚੇ ਬਾਜੀ। ਜਿਹੜਾ ਹਾਰਲੇ ਦੇਖਿਆ ਬੜਾ ਕੁਛ ਦਿਖਾਈ ਦਾ ਨੀ ਹੁੰਦਾ। ਕੀ ਬਾਤ ਹੈ ਜੀ, ਐਕਟਿੰਗ ਕੀ ਬਾਦਸ਼ਾਹ ਹੋ ਕਸਮ ਸੇ। ਜਿਹੜੇ ਫਲੈਟ ਜਿਹੜੇ ਥੋੜੇ ਬਹੁਤੇ ਹੈ ਨਾ, ਫਲੈਟ ਜਿਹੜੇ ਤੁਹਾਨੂੰ ਮਿਲੇ ਨੇ ਅਵੇਲੇਬਲ, ਇਹ ਜਿਹੜਾ ਤੁਸੀਂ ਜਿੱਥੇ ਰਹਿੰਦੇ ਹੋ ਤੁਹਾਡੀ ਸੁਧਰੋ ਰਿਹਾ ਅਭੀ ਤੋ, ਅਭੀ ਤੋ ਸੁਧਰ ਜਾਓ। ਉਹ ਇਹ ਨਹੀਂ, ਤੁਹਾਡੇ ਕੋਲ ਗੱਡੀ ਚਾਬੀ ਹੈ ਨਾ, ਇੱਕ ਮਿੰਟ ਦਿਓ। ਹੈ ਗੱਡੀ ਚਾਬੀ, ਇੱਕ ਮਿੰਟ ਦਿਓ, ਦੇਖੋ ਕੀ ਸੌਦਾ ਵਿੱਚ। ਆਹ ਤੇ ਲੈ ਰਿਹਾ ਮੈਂ ਖਾਣਾ। ਹੈ ਆਹ ਮਿੰਟ ਦੋ, ਇੱਕ ਮਿੰਟ ਦਿਖਾ ਦੇਣਾ, ਦਿਖਾਣੀ ਆ। ਆਪਣੀ ਹੈਗੀ ਆ, ਪੀਲੋ ਪੀਲੋ ਪਾਣੀ ਪੀਲੋ। ਕੁੜੀਆਂ ਵਾਲੇ ਕੰਮ ਤੁਹਾਡੇ, ਕਰਤਾ ਪਿੱਛੇ ਤੇ ਆ ਆਪਣਾ ਪਿਆ ਖਾਣ ਪੀਣ। ਦਿਸ ਇਜ਼ ਵਾਟਰ, ਵਾਟ ਇਜ਼ ਦਿਸ ਮੈਨ? ਓ ਲੈ ਰੱਬ ਨੇ ਸੁਣ ਲਈ, ਪਾਵਰ ਬੈਂਕ ਵੀ ਵਿੱਚ ਪਿਆ ਜੇ।
ਐਣਕ ਵੀ ਆ ਤੇ ਓਲੀ ਐਣਕ ਨਹੀਂ ਭਾਈ ਉਹ ਜਿਹੜੀ ਤੁਸੀਂ ਲਿੱਤੀ ਸੀਗੀ ਤੁਸੀਂ ਲੈ ਕੇ ਆਈ ਭਰਾ ਆ ਐਣਕ ਉੱਥੋਂ ਲੈ ਕੇ ਆਏ ਜੇ ਕੀ ਕਹਿੰਦੇ ਰਵਾਏ ਗੱਡੀ ਨਿਕਲ ਓਏ ਅੱਖਾਂ ਅੱਖਾਂ ਮੇਰੀਆਂ ਅੱਖਾਂ ਮਾਸੂਮ ਜਿਹਾਂ ਨਹੀਂ ਨਹੀਂ ਲੈਂਸ ਪਾਇਆ ਹੈ ਨਾ ਅੱਛਾ ਇਸ ਆ ਗਿਆ ਇਹਨੂੰ ਬਾਹਰ ਲੈ ਜੀਏ ਹਾਂ ਕੀ ਕੀ ਹੈ ਬ੍ਰੋ ਕਿੰਨਾ ਗੰਦ ਪਿਆ ਇੱਥੇ ਆ ਕੀ ਆ ਸਟੈਂਡ ਅੱਛਾ ਇਹ ਬੀਬਰਾ ਵਾਸਤੇ ਨਹੀਂ ਹੈ ਨਾ ਵਾਓ ਆ ਮਿਲ ਗਿਆ ਆਪਣੇ ਵਾਲੇ ਵੀ ਕਰ ਲਓ ਥੋੜਾ ਕੈਮਰਾ ਯੋ ਭਾਈ ਯੋ ਇੱਥੇ ਆਨੇ ਆ ਆ ਫੜਦੇ ਯਾਰ ਇਹਨਾਂ ਬਾਅਦ ਉੱਖ ਦੀ ਜਿਹੜੀ ਮੱਛਰ ਦੇ ਕਹਿੰਦੇ ਮੱਛਰ ਇੱਕ ਮਿੰਟ ਤੁਹਾਨੂੰ ਦਿਖਾਉਣਾ ਮੱਛਰ ਅੱਛਾ ਇੱਥੇ ਲਾਉਂਦੇ ਆ ਸਟੈਂਡ ਤੇ ਓਕੇ ਲੱਗ ਗਈ ਓਏ ਉਹ ਸਹੀ ਗੱਲ ਐਣਕ 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 ਕੱਢ ਐਣਕ ਬਾਹਰ ਲਾ ਲੈਣਾ ਅੱਛਾ ਇੱਦਾਂ ਦੇਖਦੀ ਹੈ ਇਹ ਤਾਂ ਦੂਰੋਂ ਦੇਖਦਾ ਕਿੱਦਾਂ ਦੀ ਲੱਗਦੀ ਹੈ ਕੋਈ ਹੋਰ ਹੁੰਦਿਆ ਭਾਜੀ ਆ ਰਿਹਾ ਕੋਈ ਕੋਈ ਆਇਆ ਵਾ ਲਿਫਟ ਚੋਂ ਬਾਹਰ ਆ ਗਿਆ ਹੁਣੇ ਬੈੱਡ ਚੁੱਕੇ ਪਾਪੜ ਨਹੀਂ ਆਓ ਲੇਸਾ ਲੇਸ ਨੂੰ ਪਾਪੜ ਨਹੀਂ ਕਹਿਣਾ ਇਹ ਤਾਂ ਆਪਾਂ ਰਹਿ ਨਹੀਂ ਸਕਦੇ ਕਿੱਥੇ ਬੈਠੀ ਕੁੱਤੇ ਦੇ ਛੋਟੇ ਪਾਉਂ ਨਹੀਂ ਸਕਤੇ ਦਇਆ ਕਬੀ ਡਿੱਗੀ ਹੈ ਦਇਆ ਯੇ ਮੁਝੇ ਕੁਛ ਲੱਗ ਰਹਾ ਹੈ ਕਿਆ ਮੁਝੇ ਕੁਛ ਲੱਗ ਰਹਾ ਹੈ ਕਿਆ ਲੱਗ ਰਹਾ ਹੈ ਮੁਝੇ ਇਸੇ ਤੇ ਕੇ ਕੁਛ ਲੱਗ ਰਹਾ ਹੈ ਕਿਆ ਇਸ ਉੱਪਰ ਬਿੱਲੀ ਚੜੀ ਥੀ ਅੱਖਾਂ ਲਾਲ ਹੋ ਗਿਆ ਮੇਰੀ ਲਓ ਜੋ hours later pal kin phone ho gayi hai kehnu satangi yaar ye matlab oh karna hai kehnu phone kehnu phone karde ha te bulane idhar sale ohna nu kehna ayo bande da gaddi kharab ho gayi apni te pai nu bulane kahi pai nu prank karde ha ਪਾਈ ਨੂੰ ਡਰਾ ਦਿੰਦੇ ਆਪਣੇ ਕੋਲ ਚੱਦਰ ਵੀ ਹੈਗੀ ਆ ਹੈਨਾ ਚੱਦਰ ਲਓ ਤੁਸੀਂ ਉੱਤੇ ਅਤੇ ਲੈ ਕੇ ਤੁਸੀਂ ਸਾਈਡ 'ਤੇ ਖਲੋ ਜਾਓ ਸਾਈਡ 'ਤੇ ਕੈਮਰਾ ਲੈ ਕੇ ਭਾਈ ਨੂੰ ਡਰਾਉਂਦੇ ਆ ਉਹ ਡਰ ਗਏ ਫਿਰ ਡਰ ਗਏ ਤਾਂ ਫਿਰ ਕੈਮਰੇ 'ਚ ਕੈਦ ਫਿਰ ਤਾਂ ਮੈਂ ਕਿਉਂ ਹੋ ਜੂਗੀ ਅਨਸੀਨ ਜਿਹੜਾ ਆਪਾਂ ਚੀਜ਼ ਗੱਡੀ ਖਰਾਬ ਹੋ ਗਈ ਸੀ ਯਾਰ ਵਿੱਚ ਸੀ ਯਾਰ ਬੇਸਮੈਂਟ ਤੇ ਆ ਸਕਦੇ ਹੋ ਤੁਸੀਂ ਥੋੜ੍ਹਾ ਜਿਹਾ ਆਹੋ ਕੁਛ ਆ ਪਾਇਆ ਕੋਈ ਚੱਕਰ ਨਹੀਂ ਹੈਗਾ ਆ ਜਾਓ ਇੱਥੇ ਆ ਜਾਓ ਡਨ ਡਨ ਡਰਾਵਾਂਗੇ ਭਾਈ ਯੈਸ ਕਿਆ ਬੋਲੇ ਭਾਜੀ ਆ ਰਹੇ ਨੇ ਆਪ ਝੁਕੇਗਾ ਭਾਈ ਨੂੰ ਝੁਕਾ ਦੇਣਾ ਹੁਣ ਵੇਖਿਓ
ਪਾਪੜ ਦਾ ਵੀ ਮੈਂ ਕਿਹਾ ਫਾਇਦਾ ਨਹੀਂ ਹੋਇਆ, ਖਾਧਾ ਇੱਕ ਹੀ ਅਤੇ ਪ੍ਰੈਸ਼ਰ ਬਣ ਗਿਆ। अरे तुम क्या जानो बाबू, ये वीडियो बनानी कितनी औखी होती है, बड़ी मशक्कत के बाद ही हमने शुरू करी है बाबू, तुम क्या जानो। बस 15 मिनट्स लेटर। खुली लिफ्ट खुल गई है। पल्ली च पैर मारती है, पल्ली च पैर मारती है, उड़ जाओ पल्ली, पल्ली उड़ जाओ। हेलो यार, पल्ली नहीं खिंच के पैर मारी है यार, खेलते में याद करना वो, यहाँ पर उधर लग गई है यार। सिमर सिमर इधर उड़ जा भाई, उड़ जा। पानी क्या देखो, पानी यार ठीक है भाई, क्यों शोर ठीक है चाबी अच्छी से ठीक है। आ गया आ गया, कमेंट कमेंट ठीक जी। अरे भाई ने जी खिंच के मारती है, चलो गए 24 घंटे ਆਪਾਂ ਉਦਾਂ ਹੀ ਲੱਗੇ ਸੀ ਪ੍ਰੈਂਕ, ਉਦਾਂ ਆਪਾਂ ਵੀਡੀਓ ਬਣਾਣੀ। ਤੂੰ ਪ੍ਰੈਂਕ ਯਾਰ, ਉਹ ਬਾਕੀ ਗੱਲਾਂ ਪ੍ਰੈਂਕ ਨੇ, ਤੂੰ ਠੀਕ ਹੈ ਵੈਸੇ? ਹਾਂ ਠੀਕ ਹਾਂ। ਬਹਿ ਜਾਓ ਬਹਿ ਜਾਓ, ਬੈਠ ਇੱਥੇ ਬਹਿ ਜਾ। ਤੁਸੀਂ ਵੀ ਗੱਡੀ ਠੀਕ ਕਰਤਾ, ਗੱਡੀ ਠੀਕ ਕਰਤਾ ਦਿੱਤੀ। ਹਾਂ ਕਦੇ ਗੱਡੀ ਠੀਕ ਕਰ ਦਿੱਤੀ, ਸਰਵਿਸ ਤਾਂ ਕਰਦੇ ਦਿੱਤੇ, ਫਟਕਾ ਖੋਲਦੇ ਪਰਦਾ ਖੋਲਦੇ ਮੇਰਾ खराब होता मेरी ਭਾਈ ਦੀ ਚਪੇੜ ਵੱਜੀ ਬੜੀ ਜੋਰ ਦੀ, ਲੈਂਸ ਵੀ ਹਿੱਲ ਗਿਆ। ਆਹ ਭਾਈ ਕੋਈ ਨਾ, ਚਲੋ ਚਲ ਉੱਠ, ਖਤਮ ਹੋ ਗਈ ਕੋ ਵੀ, ਖਤਮ ਹੋ ਗਏ 24 ਘੰਟੇ ਸਾਡੇ ਆਪਣੇ 24 ਘੰਟੇ ਖਤਮ ਹੋਣ। ਜਿਹਨੇ ਲਾਈਕ ਕਰਨਾ ਲਾਈਕ ਕਰ ਦੇਣਾ, ਕਮੈਂਟ ਕਰਨਾ ਕਮੈਂਟ ਕਰ ਦੇ, ਜਿਵੇਂ ਤੁਸੀਂ ਕਰਨਾ ਰਹਿਣ ਦੇ। ਯੈਸ ਭਾਈ ਦਾ ਮੂੰਹ ਨਾ ਗਰਮ ਹੋ ਗਿਆ, ਪਤਾ ਹੋ ਗਿਆ ਆ ਜਿਹੜੀ ਚਪੇੜ ਵੱਜੀ ਨਾ ਖਿੱਚ ਕੇ। ਜੋ ਵੀ ਕਰਨਾ ਕਰ ਦਿਓ, ਲਾਈਕ ਕਰਨਾ ਲਾਈਕ ਕਰ ਦਿਓ, ਕਮੈਂਟ ਕਰਨਾ ਕਮੈਂਟ ਕਰ ਦਿਓ, ਸ਼ੇਅਰ ਕਰਨਾ ਸ਼ੇਅਰ ਕਰ ਦਿਓ, ਜੋ ਵੀ ਕਰਦੇ ਬਸ ਤੋਂ ਬਾਅਦ ਉਹ ਲੋਕ ਇੱਥੇ ਕਦਮ ਉਹਨੇ ਬਣਾਉਣਾ ਕਰ ਦਿਓ ਯਾਰ। ਸਾਨੂੰ ਸਿਰ ਸਾਨੂੰ ਰਿਜ਼ਲਟ ਮਿਲ ਗਿਆ, ਮੈਨੂੰ ਰਿਜ਼ਲਟ ਮਿਲ ਗਿਆ ਅਤੇ ਉਹਨੇ ਬਣਾਉਣਾ, ਰਿਜ਼ਲਟ ਮਿਲ ਗਿਆ।